ਸਾਥੀਓ ਸਤਿ ਸ੍ਰੀ ਅਕਾਲ ਮੈਂ ਜੈਪੀਮ ਜੈਪੜਾ ਤਖਦਾਵਾ ਮੈਂ ਅਸਤੀਸ਼ ਕੁਮਾਰ ਨਾਹਰ ਪਾਰਟੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਅੱਜ ਪਾਰਟੀ ਦਫਤਰ ਮਨਨੋਤ ਨੋਤਵ ਹੈ ਅੱਜ ਦਰਜਵਦ ਉਧਿਹਦਾਰ ਦੀ ਮੀਟਿੰਗ ਕੀਤੀ ਗਈ ਅੱਜ 2022 ਦਾ ਮਿਸ਼ਨ ਨੂੰ ਲੈ ਕੇ ਪਾਰਟੀ ਦੀ ਗਤੀਵਿਧੀਆਂ ਵਿਚਾਰਦਾਨਾ ਕੀਤਾ ਗਿਆ ਇਸ ਸਮੇਂ ਪਾਰਟੀ ਦੀ ਵਿਚਾਰਧਾਰਾ ਪ੍ਰਭਾਵਿਤ ਹੋ ਕੇ ਸਰਦਾਰ ਖਵੀਰ ਸਿੰਘ ਰਾਜਧਾਨ ਜੀ ਇਹ ਆਪਣੇ ਲੋਕਜਨ ਸ਼ਕਤੀ ਪਾਰਟੀ ਛੱਡ ਕੇ ਆਪਣੇ ਸਾਥੀਆਂ ਸਵੇਤ ਪਾਰਟੀ ਭਾਰਤ ਨੂੰ ਜਿੰਦਾ ਵੱਡੀ ਸਾਡੀ ਪਾਰਟੀ ਸ਼ਾਮਲ ਹੋਏ ਆ ਤੇ ਮੈਂ ਇਹਨਾਂ ਦਾ ਪੂਰਾ ਨਿੱਘਾ ਸਵਾਗਤ ਕਰਦਾ ਵਾਂ ਤੇ ਨਾਲੇ ਵੀ ਸ਼ੁਆਗਤ ਹੁੰਦਾ ਕਿ ਉਹਨਾਂ ਸਮੇਂ ਦੇ ਵਿੱਚ ਇਹਨਾਂ ਨੂੰ ਜੋ ਇਹਨਾਂ ਦਾ ਬੰਦਾ ਮਾਨ ਸਨਮਾਨ ਪਾਰਟੀ ਉਹ ਦਿੱਤਾ ਜਾਵੇਗਾ ਔਰ ਮੈਂ ਵੀ ਸ਼ਵਾਸ਼ੀ ਕਰਦਾ ਵਾਂ ਕਿ ਪਾਰਟੀ ਨੂੰ ਬਲੰਦੇ ਤੇ ਲਿਜਾਣਗੇ ਔਰ ਜੋ ਇਹਨਾਂ ਦਾ ਇਜਜ਼ਮਾਨ ਹੈਗੀ ਆ ਪਾਰਟੀ ਉਹ ਦੇਖ ਕੇ ਪੂਰਾ ਵਧੀਆ ਤਿਕਣਾ ਥੋੜੇ ਦਿਨ ਜੀ ਉਹਦੇ ਦਿੱਤਾ ਜਾਏਗੀ ਇਹਨੇ ਕਹਿੰਦਾ ਕਿ ਮੈਂ ਜਾਚਗਾ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਮੈਂ ਮਾਨਜੋ ਗਰਾਸਤੀ ਪ੍ਰਧਾਨ ਸਤੀਸ਼ਨਾਰਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਨੇ ਇਸ ਲੱਗ ਸਮਝਿਆ ਪਾਰਟੀ ਦੇ ਵਿੱਚ ਇਹਨਾਂ ਨੇ ਸਾਨੂੰ ਬੁਲਾਇਆ ਸ਼ਾਮਲ ਕੀਤਾ ਇਹਨਾਂ ਦਾ ਧੰਨਵਾਦ ਕਰਦਾ ਪੂਰੀ ਟੀਮ ਦਾ ਕਰਦਾ ਔਰ ਪਾਰਟੀ ਦੇ ਵਿੱਚ ਸ਼ਾਮਲ ਮੈਂ ਇਸ ਕਰਕੇ ਹੋਇਆ ਕਿ ਹਰ ਜਗ੍ਹਾ ਅਸੀਂ ਜਿੱਥੇ ਵੀ ਜਾਂਦੇ ਉਸ ਚੀਜ਼ ਨੂੰ ਦੇਖਦੇ ਆਂ ਕਿ ਜਿੱਥੇ ਗਰੀਬ ਵਰਗ ਦੇ ਲੋਕ ਜਾਂ ਕਟਗਿੰਦੀ ਦੇ ਲੋਕ ਜਾਂ ਸਮਾਜ ਦੇ ਲੋਕ ਜਿੰਨੇ ਵੀ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਇਸ ਪਾਰਟੀ ਨੂੰ ਬਣਾਉਣ ਵਾਸਤੇ ਤਕਰੀਬਨ ਸਾਲ ਡੇਢ ਸਾਲ ਤੋਂ ਸਾਡੀ ਮੇਰੀ ਆਪਣੀ ਸਤੀਸ਼ ਕੁਮਾਰ ਨਾਰਜੀ ਨਾਲ ਗੱਲਬਾਤ ਹੁੰਦੀ ਰਹੀ ਆ ਔਰ ਜਿਸ ਦਿਨ ਇਹਨਾਂ ਨੇ ਪਾਰਟੀ ਦਾ ਐਲਾਨ ਕੀਤਾ ਕੋਈ ਕਾਰਨ ਸਗਾ ਤੇ ਮੈਂ ਇੱਥੇ ਨਹੀਂ ਸੀ ਮੈਂ ਬਾਹਰ ਸੀਗਾ ਤਾਂ ਕੁਝ ਦਿਨ ਡੇਰ ਬਾਅਦ ਮੈਂ ਆਇਆ ਤੇ ਹੁਣ ਇਹਨਾਂ ਨੂੰ ਮਿਲਿਆ ਤੇ ਆ ਕੇ ਅਸੀਂ ਆਪਣੀ ਗੱਲਬਾਤ ਕੀਤੀ ਜੋ ਅਸੀਂ ਜ਼ਿੰਮੇਵਾਰੀ ਇਹਨਾਂ ਨੇ ਮੈਨੂੰ ਸੌਂਪੀ ਆ ਉਹ ਮੈਂ ਪੂਰੇ ਤਨ ਦੇਹੀ ਦੇ ਨਾਲ ਨਿਭਾਵਾਂਗਾ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਦਿਨ ਰਾਤ ਸਮਾਜ ਦੀ ਸੇਵਾ ਕਰਦੇ ਆਂ ਔਰ ਕਰਦੇ ਰਹਿਾਂਗੇ ਜੈ ਭੀਮ ਜੈ ਪਾਲਤ ਸਬਸਕ੍ਰਾਈਬ ਟੂ आवर YouTube ਚੈਨਲ ਨਿਊਜ਼ ਡੀਐਨਐਨ ਬਾਈ ਕਲਿੱਕਿੰਗ ਦ ਬੈਲ ਆਈਕਨ ਡੋਨਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ